अच्छा प्यार किया किसी कुड़ी ने जी, मैं कोई कत्ल नहीं किया, कोई चोरी नहीं की, सिर मेरा उन्होंने जुलूस कढ़िया जी सिर मुन्ने की नहीं बस्ती वाले ने। मेरा नाम सर रवि है जी, मैं धूरी तो रहने वाला जी। लड़की माछवाड़ी दी इंदा कलोनी जी। चक्कर सिर्फ प्यार से और कोई चक्कर नहीं है जी। हां जी बहुत ज्यादा प्यार से हद तो वध जी। मिले नहीं है फिर फोन तो कॉन्टैक्ट होया जी, फिर तो मिलते जुलते फोन तो कॉन्टैक्ट, फिर तो मिलते जुलते बाद च जिन्नी मर्जी। हाँ जी हूँ सानू जी यदि बेटी गई सी जी उ अहमदगढ़ उन्होंने लैन वास्ते जा रही थी, वो कहते भी चल तू भी 10 मिनट आया भी चाह चू पी लें उतो महल कट्ठा करके पकड़ लिया। हाँ जी अहमदगढ़ फिर वो सहरिया फोन किया, पेकिया फोन किया भी आके भाई दोनों लंगे हथ फल लिया भी आके चढ़ा के लेके जाओ कि लेके जाओ। फिर वो पहले दिन आए, पहले दिन दिता नहीं, दूजे दिन आए भी मुंडे का परिवार आऊगा फिर असं देवे, मेरा परिवार नहीं आया है फिर वो सानू लैके आईए भी जे नफा नुकसान होगा वो मैं जिम्मेवार हाँ, जे दत्त टुट बकूड़ी बिल्कुल सही सलामत है मुंडा सही सलामत है, जे इन्हों तो कुछ भी होगा कुछ भी कार्रवाई होगी या लड़ाई कुछ भी कुछ भी सिर पाड़ के ये जिम्मेवारी प्रधान जी थोड़ी होनी है, वो अपनी जिम्मेवारी सू लेके आई उ। हाँ जी माछवाड़े से आए हैं 22 तरीक जी, सिंदर सिंदर कौर ने जी 22 तरीक 22 तरीक आए हैं। कई बार हमले भी साढ़े जी, ਉਹਦੀ ਵੀਡੀਓ ਵੀ ਵਾਇਰਲ ਹੈਗੀ ਹੈ, ਹਮਲੇ ਵੀ ਹੋਏ ਨੇ, ਕੁੜੀ ਨੂੰ ਖਿੱਚ ਕੇ ਲੈ ਜਾਂਦੇ ਸੀ। ਅੱਛਾ ਹਾਂਜੀ ਉਹਦੀ ਵੀਡੀਓ ਵੀ ਹੈਗੀ ਹੈ। ਉੱਥੇ ਕੀ ਹੋਇਆ ਅੱਜ ਕੀ ਹੋਇਆ ਅੱਜ ਉਹਨਾਂ ਕੀ ਹੋਇਆ? ਅੱਜ ਹੋਇਆ ਸੀ ਵੀ ਪੰਚਾਇਤ ਦਾ ਫੈਸਲਾ ਇਹ ਸੀ ਵੀ ਜੇ ਦਾ ਇਹਦਾ ਪਰਿਵਾਰ ਆ ਗਿਆ ਜੇ ਲੱਖੜੇ ਲੱਖ ਰੁਪਏ ਦੇ ਜਾਣਗੇ ਉਹ ਆ ਕੇ ਤੇ ਪੈਸੇ। ਹਾਂਜੀ ਦੱਸ ਕੀ ਪੈਸੇ ਮੰਗੇ ਤੇ ਇਹ ਪੈਸੇ ਮੰਗੇ ਵੀ ਕੁੜੀ ਦਾ ਕੁੜੀ ਮੁੰਡੇ ਨੂੰ ਅਸੀਂ ਫੜ ਲਿਆ ਵੀ ਫੜਿਆ ਕੋਈ ਸਬੂਤ ਤਾਂ ਹੋਊਗਾ ਜੇ ਫੜਿਆ ਤਾਂ ਪੈਸੇ ਮੰਗੇ ਕਿਹੜੇ ਕੁੜੀ ਵਾਲੇ ਪਰਿਵਾਰ ਮੈਂਬਰ ਨੇ ਕਿਹੜੇ ਕੁੜੀ ਦੇ ਸਾਰੇ ਪਰਿਵਾਰ ਨੇ ਹਾਂਜੀ ਪੈਸੇ ਮੰਗੇ ਅੱਜ। ਫਿਰ ਪੰਚਾਇਤ ਕੀ ਹੋਇਆ? ਫਿਰ ਪੰਚਾਇਤ ਜਦੋਂ ਮੇਰਾ ਪਰਿਵਾਰ ਨਹੀਂ ਆ ਸਕਾ ਸੀ ਦੇਣ ਚੁੱਕੇ ਹੈ ਹੀ ਨਹੀਂ ਸੀ ਪੈਸੇ ਜੀ, ਫਿਰ ਉਹਨਾਂ ਨੇ ਕੀ ਕੀਤਾ ਵੀ ਭਾਈ ਇਹ ਤਾਂ ਗੁੰਜੇ ਜੋ ਕੋਈ ਮੇਰਾ ਜੀਜਾ ਵੀ ਆਇਆ ਸੀ ਅੱਜ ਜੀ ਉਹਨਾਂ ਨੂੰ ਨਹੀਂ ਦੇ ਸਕਦੇ ਜੀ ਪੈਸੇ, ਫਿਰ ਉਹਨਾਂ ਨੇ ਕੀ ਕੀਤਾ ਜਿਹੜੀ ਸ਼ਿੰਦਰ ਕੌਰ ਸੀ ਉਹਦਾ ਮਸਲਾ ਇਹੀ ਬਣਦਾ ਸੀ, ਉਹਦਾ ਹੱਕ ਇਹੀ ਬਣਦਾ ਸੀ ਵੀ ਕਾਨੂੰਨ ਦੇ ਮੁਤਾਬਿਕ ਉਹ ਪੁਲਿਸ ਦੇ ਹਵਾਲੇ ਮੈਨੂੰ ਕਰ ਦਿੰਦੀ, ਪੁਲਿਸ ਜੋ ਕਾਨੂੰਨ ਮੈਨੂੰ ਜੋ ਸਜ਼ਾ ਦਿੰਦੇ ਮੈਨੂੰ ਮਨਜ਼ੂਰ ਸੀ, ਪਰ ਉਹਨਾਂ ਨੇ ਮੇਰੇ ਨਾਲ ਬਹੁਤ ਬੇਅਦਬੀ ਕੀਤੀ ਆ ਉਹਦੇ ਸਹੁਰੇ, ਔਰ ਸ਼ਿੰਦਰ ਕੌਰ ਨੇ ਉਹਦੇ ਸਹੁਰੇ ਪਰਿਵਾਰ ਮੈਨੂੰ ਧਮਾਤਾ, ਉਹਨਾਂ ਨੇ ਚੌਂਕ ਦੇ ਵਿੱਚ ਬਿਠਾ ਕੇ ਮੈਨੂੰ ਮੇਰੇ ਪਹਿਲਾਂ ਸਭ ਤੋਂ ਪਹਿਲਾਂ ਬਲੇਡ ਸਿਰ ਤੇ ਬਲੇਡ ਫੇਰਿਆ, ਬਲੇਡ ਤੋਂ ਬਾਅਦ ਉਹਨਾਂ ਨੇ ਮੇਰੇ ਸਿਰ ਤੇ ਮੂਤ ਪਾਇਆ ਪਿਸ਼ਾਬ ਪਾਇਆ, ਪਿਸ਼ਾਬ ਤੋਂ ਬਾਅਦ ਉਹਨਾਂ ਨੇ ਮੇਰੇ ਜਿੱਤਨੇ ਦਾ ਹਾਰ ਪਾਇਆ ਫਿਰ ਕਾਲਾ ਮੂੰਹ ਕੀਤਾ, ਇਹ ਹੱਦ ਤੋਂ ਬੇਅਦਬੀ ਹੋਈ ਹੈ ਜੀ। ਨਹੀਂ ਘੁਮਾਇਆ ਨਹੀਂ ਹੈਗਾ, ਬਸ ਉੱਥੇ ਕਾਲਾ ਮੂੰਹ ਕਰਕੇ ਮੋਟਰਸਾਈਕਲ ਕਢਾ ਕੇ ਮੋਟਰਸਾਈਕਲ ਦੇ ਨਾਲ ਦੇ ਮੈਂ ਚਲਿਆ ਗਿਆ ਜੀ, ਮੈਂ ਸਿੱਧਾ ਥਾਣੇ 'ਚ ਪੁਕਾਰ ਮਾਰਨੇ ਆਇਆ ਅਤੇ ਮੈਨੂੰ ਇਨਸਾਫ ਚਾਹੀਦਾ, ਮੇਰੇ ਨਾਲ ਬਹੁਤ ਬੇਅਦਬੀ ਹੋਈ ਹੈ ਹੱਦ ਤੋਂ ਵੱਧ। ਹਾਂਜੀ ਮੈਂ ਥਾਣੇ ਹਾਂ ਜੀ ਕੁੜੀ ਦਾ ਘਰਲਾ ਕੁੜੀ ਦੇ ਦਿਓਰ ਅਤੇ ਇੱਕ ਕੁੜੀ ਦਾ ਮਾਸੜ ਅਤੇ ਉਹਦੀ ਮਾਸੀ, ਮੇਨ ਜੜ ਤਾਂ ਉਹੀ ਆ, ਉਹਨਾਂ ਨੇ ਕਰਾਇਆ ਕੰਮ। ਮੇਰਾ ਪਰ ਪਿਆਰ ਦਾ ਸਰ ਪਿਆਰ ਦਾ ਕੋਈ ਵਿਸ਼ਕ ਹੁੰਦਾ ਹੀ ਨਹੀਂ ਵੀ ਪਿਆਰ ਬੱਚਿਆਂ ਤੋਂ ਕੀ ਲੈਣਾ ਹੈ, ਚਾਹੇ ਪਿਆਰ ਤਾਂ ਉਹੀ ਹੋ ਜਾਂਦਾ। ਦਿਹਾੜੀ ਮਜ਼ਦੂਰੀ ਕਰਦਾ ਜਿਵੇਂ ਸਟਾਲਾਂ ਦੇ ਕੰਮ ਤੇ ਵਗ ਗਏ ਜੀ ਜਾਂ ਛੱਤਰਾਂ ਦੇ ਕੰਮ ਤੇ ਵਗ ਗਏ ਜੀ। ਮੈਨੂੰ ਇਨਸਾਫ ਇਹ ਚਾਹੀਦਾ ਵੀ ਜਿਵੇਂ ਆਪਣੇ ਪੰਜਾਬ ਦੇ ਵਿੱਚ ਵੀ ਹੁਣ ਜੋ ਘਟਨਾ ਹੋਈ ਹੈ ਵੀ ਅੱਗੇ ਦੁਬਾਰੇ ਤੋਂ ਬਾਅਦ ਕੋਈ ਵੀ ਘਟਨਾ ਬੰਗਾਲਾ ਬਸਤੀ ਇਹ ਇਹਨਾਂ ਨੇ ਆਪਣਾ ਕਾਨੂੰਨ ਬਣਾ ਲਿਆ, ਜੋਗੀ ਬਸਤੀ ਬਰਾਦਰੀ ਇਹਨਾਂ ਨੇ ਆਪਣਾ ਕਾਨੂੰਨ ਬਣਾ ਲਿਆ, ਹਾਂਜੀ ਇਹਨਾਂ ਨੇ ਆਪਣਾ ਲਹਿਦਾ ਕਾਨੂੰਨ ਬਣਾ ਲਿਆ ਵੀ ਇਹ ਕਾਨੂੰਨ ਮੁੜ ਕੇ ਬਣੇ ਆ। ਹਾਂਜੀ ਬੇਇੱਜ਼ਤੀ ਹੋਵੇ ਨਾ, ਹਾਂਜੀ ਅੱਛਾ ਮੇਰੀ ਮੰਗ ਇਹੀ ਹੈ ਵੀ ਹੁਣ ਮੈਨੂੰ ਇਨਸਾਫ਼ ਮਿਲਣਾ ਚਾਹੀਦਾ ਵੀ ਜਿਸ ਤਰ੍ਹਾਂ ਮੇਰਾ ਉਹਨਾਂ ਨੇ ਕੀਤਾ ਮੈਨੂੰ ਉਹਨਾਂ ਨੇ ਪਰਚਾ ਦਰਜ ਕਰਨਾ ਮੈਂ ਵੀ ਉਹ ਜ਼ਿੰਦਗੀ ਭਰ ਯਾਦ ਰੱਖਣਾ ਵੀ ਕਿਸੇ ਨੇ ਪਰਚਾ ਪਾਇਆ ਸੀ ਮੁੜ ਕੇ ਅਸੀਂ ਵੀ ਕੋਈ ਵੀ ਸਾਡੀ ਬਰਾਦਰੀ ਕਿਸੇ ਦਾ ਕੋਈ ਸਿਰ ਨਾ ਮੁੰਨ ਸਕੇ, ਕਿਸੇ ਦੇ ਕੋਈ ਬਾਲ ਨਾ ਕਰ ਸਕੇ, ਕਿਸੇ ਦਾ ਕਾਲਾ ਮੂੰਹ ਨਾ ਕਰ ਸਕੇ, ਕੋਈ ਪਛਾਣ ਨਾ। ਕੁੱਟਮਾਰ ਵੀ ਕੀਤੀ ਉਹਨਾਂ ਨੇ? ਕੁੱਟਮਾਰ ਨਹੀਂ, ਸਾਨੂੰ ਹੱਥ ਲਾਇਆ, ਬਿਲਕੁਲ ਪਿਆਰ ਨਾਲ ਰੱਖਿਆ ਪ੍ਰਧਾਨ ਜੀ ਨੇ, ਤਾਂ ਰੋਟੀ ਪਾਣੀ ਸਭ ਕੁਝ ਦਿੱਤਾ ਉਹਨਾਂ ਨੇ। ਹਾਂਜੀ ਜਿਹੜੀ ਕੁੜੀ ਜਾਂ ਮੁੰਡੇ ਨਾਲ ਰਹਿਣਾ ਚਾਹੁੰਦੀ ਆ ਉਹ ਜਾਂ ਨਹੀਂ? ਨਹੀਂ ਜਦੋਂ ਹੋ ਜਾਣਗੇ ਮਾਪਿਆਂ ਦੇ ਨਾਲ ਕੋਲ ਜਾਂਦੀ ਸੀ ਉਦੋਂ ਤਾਂ ਉਹਨਾਂ ਦੇ ਹੱਕ 'ਚ ਬੋਲਦੀ ਸੀ ਗਵਾਹੀ, ਜਦੋਂ ਮੇਰੇ ਕੋਲ ਆਉਂਦੀ ਸੀ ਉਦੋਂ ਮੇਰੇ ਹੱਕ 'ਚ ਗਵਾਹੀ ਬੋਲਦੀ ਸੀ, ਯਾਨੀ ਕਿ ਉਹਦੀ ਵੀ ਅੱਜ ਉਹਦੇ ਵੀ ਕਾਲਾ ਮੂੰਹ ਕੀਤਾ ਜੀ। ਹਾਂ ਉਹਦੇ ਵੀ ਕੋਲ ਮੇਰੇ ਤੋਂ ਕਰਵਾਇਆ ਜੀ, ਕੁੜੀ ਨੇ ਕੁੜੀ ਦਾ ਮੇਰਾ ਮੂੰਹ ਵੀ ਕੁੜੀ ਤੋਂ ਕਰਵਾਇਆ ਤੇ ਉਹਦਾ ਮੂੰਹ ਵੀ ਮੇਰੇ ਤੋਂ ਕਰਵਾਇਆ ਜੀ। ਹਾਂਜੀ।
ਗਾਰਲੈਂਡ ਆਫ ਜਿਹੜੀ ਸਲੀਪਰ ਉਹ ਪਾਈ ਹੋਈ ਸੀ ਤੇ ਉਹਦਾ ਜਿਹੜਾ ਸਿਰ ਸੀਗਾ ਉਹ ਗੰਜਾ ਕੀਤਾ ਹੋਇਆ ਸੀਗਾ। ਉਹਦੇ ਦੱਸਣ ਮੁਤਾਬਕ ਉਹ ਕਹਿੰਦਾ ਵੀ ਮੈਂ ਧੂਰੀਆ ਰਹਿਣ ਵਾਲਾ ਤੇ 21 ਅਗਸਤ ਨੂੰ ਉਹਨੂੰ ਅਹਿਮਦਗੜ੍ਹ ਤੋਂ ਮਤਲਬ ਕਿਸੇ ਨੇ ਚੱਕ ਲਿਆ। ਉਸ ਤੋਂ ਬਾਅਦ ਉਹਨੂੰ ਕਹਿੰਦਾ ਵੀ ਉਹਦੇ ਦੱਸਣ ਮੁਤਾਬਕ ਉਹਨੂੰ ਮਾਛੀਵਾੜੇ ਰੱਖਿਆ ਗਿਆ ਕਿਸੇ ਜਗ੍ਹਾ ਤੇ, ਤੇ ਅੱਜ ਉਹਦਾ ਮੂੰਹ ਕਾਲਾ ਕਰਕੇ ਉਹਦੇ ਗਲ ਦੇ ਵਿੱਚ ਜਿਹੜਾ 6 ਤਰ੍ਹਾਂ ਦਾ ਹਾਰ ਪਾ ਕੇ ਤੇ ਉਹਨੂੰ ਛੱਡ ਦਿੱਤਾ ਗਿਆ। ਜਿਸ ਤੋਂ ਬਾਅਦ ਉਹ ਥਾਣਾ ਹਾਜ਼ਰ ਆਇਆ। ਅਸੀਂ ਇਸ ਮੁਕੱਦਮੇ ਦੀ ਇਹਦੀ ਜਿਹੜੀ ਇਨਕੁਆਇਰੀ ਕਰ ਰਹੇ ਹਾਂ, ਜੋ ਬੰਜ ਲੜਨ ਦੀ ਕਾਰਵਾਈ ਹੋਊਗੀ ਉਹ ਅਮਲ ਵਿੱਚ ਲਿਆਉਣ ਦਿੱਤੀ ਹੋਊਗੀ। ਇਨਕੁਆਇਰੀ ਜੋ ਵੀ ਸਾਡੇ ਸਾਹਮਣੇ ਮਸਲਾ ਆਊਗਾ ਉਸਦੇ ਅਕੋਰਡਿੰਗ ਹੀ ਜਿਹੜੀ ਕਾਰਵਾਈ ਅਮਲ ਵਿੱਚ ਲਿਆ ਦਿੱਤੀ ਜਾਊਗੀ। ਕਿੰਨੇ ਬੰਦੇ ਸੀ, ਕੌਣ ਸੀ? ਫਿਲਹਾਲ ਉਹਨੇ ਕੁਛ ਨੀ ਦੱਸਿਆ, ਉਹ ਬਸ ਇਹੀ ਕਹਿ ਰਿਹਾ ਮੈਨੂੰ 21 ਤਰੀਕ ਨੂੰ ਅਹਿਮਦਗੜ੍ਹ ਤੋਂ ਜਿਹੜਾ ਸੀਗਾ ਇਹ ਉੱਥੋਂ ਚੱਕਿਆ ਗਿਆ ਸੀਗਾ। ਉਸ ਤੋਂ ਬਾਅਦ ਉਹਨੇ ਸਿੱਧਾ ਇੱਥੇ ਜਿਹੜਾ ਪੁਲਿਸ ਸਟੇਸ਼ਨ ਮਾਛੀਵਾੜਾ ਅਪੀਅਰ ਹੋਇਆ। ਉਸ ਤੋਂ ਬਾਅਦ ਜਿਹੜਾ ਤਕਰੀਬਨ 8-9 ਦਿਨ ਦਾ ਸਮਾਂ ਉਹ ਅਸੀਂ ਤਸਦੀਕ ਕਰ ਰਹੇ ਹਾਂ ਵੀ ਕੀ ਗੱਲ ਹੋਈ ਹੈ ਕੀ ਨਹੀਂ, ਤੇ ਜੋ ਤਸਦੀਕ ਕਰਨ ਤੋਂ ਬਾਅਦ 2 ਦਿਨ ਦੀ ਕਾਰਵਾਈ ਹੋਊਗੀ ਉਹ ਅਮਲ ਵਿੱਚ ਲਿਆ ਦਿੱਤੀ ਜਾਵੇਗੀ। ਹਾਂਜੀ, ਉਹਨੇ ਰਿਟਰਨ ਦਰਖਾਸਤ ਦੇ ਦਿੱਤੀ ਹੈ, ਅਸੀਂ ਮੁਤਾਬਕ ਦਰਖਾਸਤ ਦੀ ਕਾਰਵਾਈ ਕਰ ਦੇਵਾਂਗੇ। ਕੁੱਟਮਾਰ ਵੀ ਹੋਈ? ਹਾਂਜੀ, ਉਹ ਐਲੀਗੇਸ਼ਨ ਲਾ ਰਿਹਾ ਵੀ ਮਤਲਬ ਕਿ ਮੇਰੇ ਨਾਲ ਕੁੱਟਮਾਰ ਹੋਈ ਹੈ, ਅਸੀਂ ਉਹਦਾ ਮੈਡੀਕਲ ਕਰਵਾ ਰਹੇ ਹਾਂ। ਮੈਡੀਕਲ ਕਰਵਾ ਕੇ ਜੋ ਡਾਕਟਰੀ ਰਿਪੋਰਟ ਆਊਗੀ ਉਸ ਮੁਤਾਬਕ ਹੀ ਕਾਰਵਾਈ ਕਰ ਦਿੱਤੀ ਜਾਵੇਗੀ। ਦੁਖੀ ਭੈਣ ਭਰਾਵਾਂ ਦੇ ਮਸੀਹਾ, ਪੰਜਾਬ ਦੇ ਮਸ਼ਹੂਰ ਜੋਤਿਸ਼, 50 ਸਾਲਾਂ ਦਾ ਮਹਾਨ ਤਜਰਬਾ, ਤਾਂਤਰਿਕ ਵਿਧੀ ਨਾਲ ਪਾਓ 100% ਗਾਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ, ਪਤੀ ਪਤਨੀ ਚ ਝਗੜਾ, ਪ੍ਰੇਮ ਵਿਆਹ ਚ ਰੁਕਾਵਟ, ਸੌਦਨ ਦੁਸ਼ਮਣ ਦਾ ਖਾਤਮਾ, ਵਿਦੇਸ਼ ਚ ਪੱਕਾ ਹੋਣਾ, ਕੀਤਾ ਕਰਾਇਆ, ਗੁਪਤ ਵਸ਼ੀਕਰਨ ਕਰਾਓ, ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਬਸ ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ, ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ, ਸੰਪਰਕ ਕਰੋ। ਬਾਬਾ ਸੁਲਤਾਨ ਜੀ, 98-150-50-609।